ਆਪਣੇ ਜੀ ਕਿਹੜੇ ਪਿਛਲੇ 2014 ਤੋਂ ਸਰਕਾਰ ਭਾਜਪਾ ਦੀ ਇੱਥੇ ਰਾਜ ਕਰਦੀ ਹੈ ਵੀ ਭਾਰਤ ਦੇ ਵਿੱਚ ਜਿਹੜੇ ਉਹਨਾਂ ਕਿੰਨੀਆਂ ਝੂਠੇ ਵਾਅਦੇ ਬੇਰੁਜ਼ਗਾਰੀ ਬਹੁਤ ਹੱਦ ਤਾਈ ਸਾਰੇ ਭਾਰਤ ਦੇ ਵਿੱਚ ਹੈਗੀ ਆ ਮਹਿੰਗਾਈ ਦਿਨੋਂ ਦਿਨ ਤੁਸੀਂ ਗੈਸ ਸਿਲੰਡਰ ਨੂੰ ਲਾ ਲਓ ਤੁਸੀਂ ਤੇਲ ਨੂੰ ਲਾ ਲਓ ਜਿਹੋ ਜਿਹੇ ਵੀ ਕੋਈ ਮਹਿੰਗਾਈਆਂ ਜਿਹੋ ਜਿਹੇ ਵੀ ਕੋਈ ਆਪਣੇ ਡੇਲੀ ਵਰਤੋਂ ਦੇ ਵਿੱਚ ਲੋਕਾਂ ਵਾਸਤੇ ਕੋਈ ਚੀਜ਼ ਆਉਂਦੀ ਹੈ ਕੋਈ ਆਪਦੇ ਡੇਲੀ ਸਮਾਨ ਆਪਣਾ ਸਾਰਾ ਦਿਨੋਂ ਦਿਨ ਮਹਿੰਗਾਈ ਵੱਲ ਤੁਰਿਆ ਜਾ ਰਿਹਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਡੀਅਨ ਯੂਥ ਕਾਂਗਰਸ ਕਿੰਨੀ ਹੋ ਸ਼੍ਰੀਨਿਵਾਸ ਜੀ ਕਿੰਨੀ ਹੋ ਰਾਹੁਲ ਗਾਂਧੀ ਜੀ ਕਿੰਨੀ ਹੋ ਸੱਦਾ ਆਇਆ ਬਈ ਕੱਲ੍ਹ ਨੂੰ ਸੰਸਦ ਦਾ ਘਿਰਾਓ 5 ਤਰੀਕ ਨੂੰ ਅਸੀਂ ਕਰਨਾ ਅਤੇ ਤਾਂ ਕਰਕੇ ਸਾਡੇ ਸਾਰੇ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਿੱਚੋਂ ਆਏ ਮੁੰਡੇ ਯੂਥ ਆਇਆ ਬਈ ਅਸੀਂ ਸਾਰੇ ਇਕੱਠੇ ਹੋ ਕੇ ਇੰਡੀਅਨ ਯੂਥ ਕਾਂਗਰਸ ਵਾਸਤੇ ਕੱਲ੍ਹ ਨੂੰ ਅਸੀਂ ਜਾ ਰਹੇ ਹਾਂ ਦਿੱਲੀ ਤੁਹਾਨੂੰ ਪਤਾ ਹੈ ਜੀ ਆਪਣੇ ਖਾਸ ਕਰਕੇ ਆਪਣੇ ਪੰਜਾਬ ਹਰਿਆਣਾ ਵਾਸਤੇ ਜੋ ਇਸ ਬਿੱਲ 3 ਬਿੱਲ ਕਾਨੂੰਨ ਆਏ ਨੇ ਆਪਣੇ ਥੋਪੇ ਗਏ ਨੇ ਪਿੱਛੇ ਜੇ ਤੁਹਾਨੂੰ ਪਤਾ ਹੈ ਵੀ ਆਪਣਾ ਸਾਰਾ ਪੰਜਾਬ ਹਰਿਆਣਾ ਉੱਥੇ ਬੈਠਿਆ ਕਿੰਨੇ ਦੇਰ ਤੋਂ ਆਪਣੇ ਬਜ਼ੁਰਗ ਨੌਜਵਾਨ ਵੀਰ ਮਾਤਾਵਾਂ ਟਿੱਕਰੀ ਅਤੇ ਸੰਘੂ ਬਾਰਡਰ 'ਤੇ ਬੈਠੀਆਂ ਨੇ ਆਹ ਸਾਰੇ ਜਿਹੜੇ ਕਾਨੂੰਨ ਜਿਹੜੇ ਆਪਾਂ ਨੂੰ ਦੱਬਣ ਵਾਸਤੇ ਭਾਜਪਾ ਸਰਕਾਰ ਲਿਆ ਰਹੀ ਆ ਜਿਹੋ ਜਿਹਾ ਕੋਈ ਉਹਨਾਂ ਦਾ ਵਾਅਦਾ ਕੋਈ ਘਰ ਘਰ ਨੌਕਰੀ ਉਹ ਵੀ ਨਹੀਂ ਹਲੇ ਪੂਰਾ ਹੋਇਆ 15 ਲੱਖ ਰੁਪਇਆ ਹਰੇਕ ਖਾਤੇ ਦੇ ਵਿੱਚ ਪਾਉਣਾ ਉਹ ਵੀ ਨਹੀਂ ਇੱਕ ਵੀ ਖਾਤਾ ਦਿਖਾ ਦਿਓ ਵੀ ਉਹਨਾਂ ਨੇ ਜੇ ਪਾਇਆ ਹੋਵੇ ਜਿੰਨੇ ਵੀ ਉਹਨਾਂ ਕੋਲ ਵਾਅਦਾ ਕੀਤੇ ਗਏ ਸਭ ਝੂਠ ਹੈ ਉਹ ਲੋਕਾਂ ਸਾਹਮਣੇ ਨੇ।